ਜ਼ਬੂਰ ਕਰ ਕਹਿੰਦੇ ਹਨ, ਬਲੀਦਾਨ ਅਤੇ ਪਿੰਡ ਤੋਂ ਤੂੰ ਪ੍ਰਸੰਨ ਨਹੀਂ ਹੁੰਦਾ। ਤੂੰ ਮੇਰੇ ਖੰਨ ਖੋਲੇ ਹਨ, ਮੈਂ ਮਹਾਸਭਾ ਵਿੱਚ ਧਰਮ ਦੀ ਖੁਸ਼ਖਬਰੀ ਦਾ ਪ੍ਰਚਾਰ ਕੀਤਾ ਹੈ। ਵੇਖ, ਮੈਂ ਆਪਣੇ ਬੁੱਲਾਂ ਨੂੰ ਨਹੀਂ ਰੋਕਾਂਗਾ। ਇਹ ਪ੍ਰਭੂ, ਇਹ ਤੂੰ ਜਾਣਦਾ ਹੈ। ਜਿੰਨੇ ਤੇਰੇ ਤਾਲਿਬ ਹਨ ਉਹ ਤੇਰੇ ਵਿੱਚ ਖੁਸ਼ ਅਤੇ ਆਨੰਦਿਤ ਹੋਣ, ਅਤੇ ਜਿਹੜੇ ਤੇਰੇ ਮੁਕਤੀ ਦੇ ਪ੍ਰੇਮੀ ਹਨ ਉਹ ਸਦਾ ਆਖਣ ਪ੍ਰਭੂ ਦੀ ਵਡਿਆਈ ਹੋਵੇ। ਇਹ ਪ੍ਰਭੂ, ਵੇਖ, ਮੈਂ ਆਇਆ ਹਾਂ, ਮੈਂ ਤੇਰੀ ਇੱਛਾ ਪੂਰੀ ਕਰਨ ਆਇਆ ਹਾਂ। ਮੇਰੇ ਪ੍ਰਭੂ ਯੇਸੂ, ਬਲੀਦਾਨ ਅਤੇ ਪਿੰਡ ਤੋਂ ਤੁਸੀਂ ਪ੍ਰਸੰਨ ਨਹੀਂ ਹੁੰਦਾ। ਤੁਸੀਂ ਆਪਣੇ ਆਵਾਜ਼ ਸੁਣ ਕੇ ਉਸਦੇ ਅਨੁਸਾਰ ਜੀਵਨ ਲਈ ਮੇਰੇ ਕੰਨ ਖੋਲ੍ਹ ਦਿੱਤੇ ਹਨ। ਇਹ ਪ੍ਰਭੂ, ਅੱਜ ਮੈਨੂੰ ਤੁਹਾਡੀ ਆਵਾਜ਼ ਨੂੰ ਸੁਣ ਕੇ ਤੁਹਾਡੀ ਇੱਛਾ ਅਨੁਸਾਰ ਜੀਵਨ ਦੀ ਕਿਰਪਾ ਪ੍ਰਦਾਨ ਕਰ। ਬਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਮ ਉੱਤੇ ਆਮੀਨ।